ਜੰਮਣ ਦੇ ਨਾਲ ਨਾਲ ਉਹ ਫਿਰ ਬਲਾਕੇਜ ਕਰਦੀ ਹੈ ਇਸੇ ਨਾਲ ਹਾਰਟ ਅਟੈਕ ਦਾ ਸuffer ਮਰੀਜ਼ ਕਰ ਜਾਂਦਾ 308 ਕਲੈਸਟੋਲ ਤੇ 1533 ਟ੍ਰਾਈਗਲਾਈਸਰਾਈਡਸ ਨੇ ਫੇਮਸ ਡਾਕਟਰ ਨੇ ਉਹਨਾਂ ਕੋਲ ਗਈ ਮੈਂ ਕਿਹਾ ਅੰਕਲ ਲੈਸੇਸੇ ਮੇਰੀ ਫੈਮਿਲੀ ਡਾਕਟਰ ਹੈ ਮੈਂ ਕਿਹਾ ਅੰਕਲ ਲੈਸੇਸੇ ਲੱਕੀ ਕੀ ਰਿਪੋਰਟ ਐਸੀ ਆਈ ਹੈ ਕੀ ਕਰੂੰ acha ਦਿਖਾਓ ਰਿਪੋਰਟ ਮੈਂ ਉਹਨਾਂ ਨੂੰ ਪਹਿਲੇ ਵਾਲੀ ਰਿਪੋਰਟ ਦਿੱਤੀ ਕਿਰੇ ਇਹ ਤਾਂ ਬਹੁਤ ਜ਼ਿਆਦਾ ਹੈ ਤਾਂ ਬਿਲਕੁਲ ਕ੍ਰਿਟੀਕਲ ਕੰਡੀਸ਼ਨ ਹੋ ਗਈ ਧਿਆਨ ਨਹੀਂ ਰੱਖਤੇ ਹੋਗੇ ਬਹੁਤ ਸਾਰਾ ਡਰਿਆ ਉਹ ਤੋਂ ਬਾਅਦ ਮੈਂ ਦੂਜੀ ਰਿਪੋਰਟ ਦਿੱਤੀ ਹਾਊ ਕੈਨ ਕੀਆ ਕੀਆ ਥਾ ਰੀਪੋਰਟ ਗਲਤ ਹੈ ਦੁਬਾਰਾ ਕਰਾਓ ਮੈਂ ਕਿਹਾ ਸਰ ਰਿਪੋਰਟ ਵੀ ਠੀਕ ਹੈ ਉਹ ਖੁਦ ਵੀ ਠੀਕ ਹੈ 208 254 ਇਹ ਜਾਦੂ ਕੋਈ ਜੇ ਕਹਿੰਦਾ ਵੀ ਮੈਂ ਜਾਦੂ ਕੀਤਾ ਇਹ ਜਾਦੂ ਆਯੁਰਵੇਦ ਦਾ ਮੈਂ ਵਨਵੀ ਕਨਾਂ ਤੋਂ ਮੈਡੀਸਿਨ ਲੈ ਕੇ ਗਿਆ ਫਿਰ ਮੈਂ ਦੁਬਾਰਾ ਟੈਸਟ ਕਰਵਾਏ ਤੇ ਮੇਰੀ ਰਿਪੋਰਟਸ ਬਿਲਕੁਲ ਨਾਰਮਲ ਆਈਆਂ ਜਾਨੀ ਬੀਪੀ ਹਾਈ ਰਹਿਣ ਲੱਗ ਜਾਂਦਾ ਘਬਰਾਹਟ ਹੋਣ ਲੱਗ ਜਾਂਦੀ ਹੈ ਬੇਚੈਨੀ ਹੋਣ ਲੱਗ ਜਾਂਦੀ ਹੈ ਬੰਦੇ ਨੂੰ ਸਾਹ ਚੜਨ ਲੱਗ ਜਾਂਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਨੀਂਦ ਬਹੁਤ ਘਟ ਜਾਂਦੀ ਹੈ ਖਾਣ ਪੀਣ ਨੂੰ ਕਈ ਵਾਰੀ ਮਨ ਨਹੀਂ ਕਰਦਾ ਬੰਦਾ ਬੇਚੈਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਹਾਰਟ ਹਾਰਟ ਜਿਹੜਾ ਉਹਦਾ ਪ੍ਰੋਪਰ ਵਰਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਮੈਂ ਆਪਣੀ ਮਦਰ ਨੂੰ ਚੰਡੀਗੜ੍ਹ ਪੀਜੀਆਈ ਲੈ ਕੇ ਗਈ ਸੀ ਇਹ ਤੁਰ ਨਹੀਂ ਸਕਦੇ ਸੀ ਇਹਨਾਂ ਦੀ ਸਪਾਈਨਲ ਡਿਸਕ ਦੀ ਪ੍ਰੋਬਲਮ ਹੋਈ ਸੀ ਇੰਨੀ ਹਾਲਤ ਖਰਾਬ ਸੀ ਕਿ ਜਦੋਂ ਮੈਂ ਇੱਥੇ ਆਈ ਸੀ ਤੇ ਦੋ ਬੰਦੇ ਇਹਨਾਂ ਨੂੰ ਐਵੇਂ ਬਾਹਾਂ ਫੜ ਕੇ ਤੇ ਦੋ ਐਵੇਂ ਚੁੱਕ ਕੇ ਲਿਆਏ ਅੰਦਰ ਗੱਡੀ ਚੋਂ ਬਾਹਰ ਮੇਰੇ ਵਾਸਤੇ ਸਿਰਫ ਉਸ ਉਸ ਟਾਈਮੇ ਦਿੱਕਤ ਸੀ ਕਿ ਪਤਾ ਨਹੀਂ ਠੀਕ ਹੋਣਗੇ ਨਹੀਂ ਸਿਰਫ ਅੱਖਾਂ 'ਚ ਅਸੂ ਸੀਗੇ ਹੋਰ ਕੁਝ ਨਹੀਂ ਸੀਗਾ ਇੱਕ ਉਮੀਦ ਸੀਗੀ ਗਿਰ ਗਈ ਸੀ ਤੇ ਮੇਰੀ ਬਾਜ਼ੂ 'ਤੇ ਚੋਟ ਆਈ ਸੀ ਤੇ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਮੇਰੀਆਂ ਲੱਤਾਂ ਬਿਲਕੁਲ ਜਾਮ ਹੋ ਗਈਆਂ ਸੀ ਜਾਮ ਹੋਣ ਦੇ ਕਾਰਨ ਮੈਂ ਖੜੀ ਵੀ ਨਹੀਂ ਸੀ ਹੋ ਸਕਦੀ ਜਿਓ ਜੀ ਹਾਲਤ ਦੇ ਵਿੱਚ ਆਏ ਸੀ ਜਦੋਂ ਮੈਨੂੰ ਦੱਸਿਆ ਸੀ ਤੁਸੀਂ ਤਾਂ ਜਦੋਂ ਆਈ ਸੀ ਨਾ ਇੱਥੇ ਤੇ ਮੈਂ ਤਾਂ ਚਾਰ ਬੰਦੇ ਗੱਡੀ ਤੋਂ ਬਾਹਰੋਂ ਅੰਦਰ ਲਿਆਏ ਸੀ ਮੈਂ ਇਹਨਾਂ ਦੀ ਸ਼ਕਲ ਦੇਖੇ ਜਾਵੇਂ ਸ਼ੀਸ਼ੇ ਤੋਂ ਵੀ ਮੈਨੂੰ ਇਹਨਾਂ ਦਰਦ ਦੇ ਤੇ ਮੈਨੂੰ ਬੁਲਾ ਨਹੀਂ ਰਹੇ ਅੰਦਰ ਰੋਈ ਜਾਨ ਰੋਈ ਜਾਨ ਕਿਉਂ ਵਸ ਫਿਰ ਮੈਂ ਦਵਾਈ ਲੈ ਕੇ ਹਫਤੇ ਦੀ ਇਹਨਾਂ ਨੇ ਦਿੱਤੇ ਹਫਤੇ ਹੀ ਫਰਕ ਪੈ ਗਿਆ ਅਸੀਂ ਮਰੀਜ਼ ਨੂੰ ਭਗਵਾਨ ਸਮਝਦੇ ਜੇ ਕੋਈ ਇੱਥੇ ਆ ਜਾਂਦਾ ਕੁਪੇਸ ਦਾ ਤਾਂ ਅਸੀਂ ਉਸ ਨੂੰ ਭਗਵਾਨ ਸਮਝ ਕੇ ਸੇਵਾ ਕਰਦੇ ਆ ਨਾ ਕਿ ਉਸ ਨੂੰ ਕਸਟਮਰ ਜਾਂ ਗਾਹਕ ਨਹੀਂ ਸਮਝਿਆ ਜਾਂਦਾ ਜੀ ਮੇਰੇ ਵਾਸਤੇ ਤਾਂ ਰੱਬ ਜਗੰਬੰਦਾ ਜੇ ਮੇਰੀ ਮਾਂ ਮੇਰੇ ਸਿਰ ਤੇ ਆ ਤਾਂ ਕਿਸੇ ਨਾ ਕਿਸੇ ਵੱਲ ਮੈਨੂੰ ਤਾਂ ਰੱਬ ਮਿਲਿਆ ਮੇਰਾ ਤਾਂ ਡਾਕਟਰ ਨਹੀਂ ਹੈਗਾ ਇਹ ਮੇਰਾ ਰੱਬ ਘਰ ਹੈਗਾ ਮੇਰੇ ਨੂੰ ਇਥੇ ਮੈਂ ਆਪਣੀ ਮਾਂ ਦੁਬਾਰਾ ਮਿਲੀ ਹੈ ਨਹੀਂ ਤਾਂ ਮੈਂ ਤਾਂ ਆਸ ਛੱਡ ਦਿੱਤੀ ਸੀ ਮਾਂ ਦੀ ਮੇਰੀ ਮਦਰ 85 ਕੇਜੀ ਦੇ ਸੀਗੇ ਅਗਰ ਪੁਰਾਣੀ ਪਿਕ ਮੈਂ ਸੈਂਡ ਕਰਾਂ ਮੇਰੇ ਮੰਮੀ ਹੁਣ 60 ਕੇਜੀ ਦੇ ਨੇ ਦੱਸੋ ਕੋਈ ਐਕਸਰਸਾਈਜ਼ ਵਗੈਰਾ ਵੀ ਕੀਤੇ ਤੁਸੀਂ ਕੁਝ ਵੀ ਨਹੀਂ ਉਈ ਐਕਸਰਸਾਈਜ਼ ਨਹੀਂ ਕੀਤੀ ਇਹਨਾਂ ਦੀ ਦਵਾਈ ਤੋਂ ਬਾਅਦ ਹੀ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਾਸਿਫ ਫਾਰੂਕੀ ਇਹਨਾਂ ਦਿਨਾਂ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਬਿਮਾਰੀ ਹੈ ਜਿਹੜੀ ਆਪਣੀਆਂ ਜੜ੍ਹਾਂ ਪਸਾਰ ਰਹੀ ਹੈ ਦਿਨ ਦੁਗਣੀ ਤੇ ਰਾਤ ਚੌਗਣੀ ਕੌੜੀ ਵੇਲ ਵਾਂਗੂ ਸਾਡੇ ਸਰੀਰਾਂ ਦੇ ਵਿੱਚ ਵੱਧ ਰਹੀ ਹੈ ਉਹ ਸਮੱਸਿਆ ਹੈ ਖੂਨ ਦਾ گاੜਾ ਹੋਣਾ ਕੈਸਟਰੋਲ ਜਿਸ ਨੂੰ ਕਿਹਾ ਜਾਂਦਾ ਹੈ ਡਾਕਟਰੀ ਪਾਸ਼ਾ ਦੇ ਵਿੱਚ ਸਾਡਾ ਖੂਨ ਇੰਨਾ ਜ਼ਿਆਦਾ گاੜਾ ਹੋ ਜਾਂਦਾ ਹੈ ਕਿ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਨੇ ਔਰ ਹਾਲਾਤ ਇੱਥੇ ਤੱਕ ਹੋ ਜਾਂਦੇ ਨੇ ਕਿ ਕਿਸੇ ਵੇਲੇ ਵੀ ਜਿਹੜਾ ਤੁਹਾਨੂੰ ਹਾਰਟ ਅਟੈਕ ਆਪਣੀ ਲਪੇਟੇ ਦੇ ਵਿੱਚ ਲੈ ਸਕਦਾ ਹੈ ਪਰ ਅੱਜ ਤੁਹਾਨੂੰ ਅਸੀਂ ਜਿਨ੍ਹਾਂ ਨੂੰ ਮਿਲਵਾਨ ਜਾ ਰਹੇ ਹਾਂ ਅਸੀਂ ਬਿੱਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਵੈਦ ਸ਼ਿਵ ਕੁਮਾਰ ਉਹਨਾਂ ਦੀ ਜਿਨ੍ਹਾਂ ਨੇ ਦੱਸਿਆ ਸੀ ਕਿਸ ਤਰੀਕੇ ਨਾਲ ਅਸੀਂ ਖਾਣ-ਪਾਨ ذریعے ਆਪਣੀ ਜਿਹੜੀ ਤੰਦਰੁਸਤੀ ਵੱਲ ਕਦਮ ਵਧਾ ਸਕਦੇ ਹਾਂ ਕੁਦਰਤ ਨਾਲ ਜੁੜ ਕੇ ਤੰਦਰੁਸਤੀ ਨਾਲ ਜੁੜ ਸਕਦੇ ਹਾਂ ਪਰ ਅੱਜ ਤੁਹਾਨੂੰ ਇੱਕ ਅਜਿਹੇ ਮਰੀਜ਼ ਨੂੰ ਮਿਲਾਣਾ ਹੈ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਤੇ ਜਾਦੂਈ ਇਲਾਜ ਹੋਇਆ ਪੂਰਾ ਪਰਿਵਾਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਵੈਦ ਜੀ ਉਹਨਾਂ ਕੋਲ ਆਇਆ ਹੋਇਆ ਹੈ ਔਰ ਆਪਣਾ ਟ੍ਰੀਟਮੈਂਟ ਉਹ ਕਰਵਾ ਚੁੱਕੇ ਨੇ ਉਹਨਾਂ ਨਾਲ ਸਮਝਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜੀ ਬਿਮਾਰੀ ਉਹਨਾਂ ਨੂੰ ਸੀ ਤੇ ਉਹ ਇੱਥੇ ਕਿਸ ਤਰੀਕੇ ਨਾਲ ਪਹੁੰਚੇ ਔਰ ਕਿਹੜੇ ਕਿਹੜੇ ਤਰੀਕੇ ਨਾਲ ਫਿਰ ਉਹਨਾਂ ਦਾ ਜਿਹੜਾ ਇਲਾਜ ਹੋਇਆ ਕਿਨਾ ਭਾਜੀ ਤੁਹਾਡਾ ਲੋਕੇਸ਼ ਕੁਮਾਰ ਲੋਕੇਸ਼ ਜੀ ਕਿੱਥੋਂ ਆਇਆ ਹੋ ਤੁਸੀਂ ਮੈਂ ਸਰਪਾਨੀ ਪੱਤੋਂ ਆਇਆ ਤੇ ਬੇਸਿਕ ਫਿਲਹਾਲ ਮੈਂ ਯੂਰਪ ਰਹਿਣਾ ਹਾਂ ਪਿਛਲੇ 4 ਸਾਲ ਤੋਂ ਤੁਸੀਂ ਆਪਣੀ ਫਲਾਈਟ ਵੀ ਕੈਨਸਲ ਕਰਾਈ ਸੀ ਹਾਂਜੀ ਲਾਸਟ ਮੰਥ ਮੇਰੀ 10 ਤਰੀਕ ਨੂੰ ਫਲਾਈਟ ਸੀ ਕਿ ਮੈਂ ਆਪਣੇ ਬੋਡੀ ਟੈਸਟ ਕਰਵਾਏ ਤੇ ਮੇਰੀ ਕੁਝ ਰਿਪੋਰਟਸ ਹੀ ਗਈਆਂ ਜੋ ਠੀਕ ਨਹੀਂ ਸੀ ਗਈਆਂ ਤੇ ਇੱਥੇ ਮੈਂ ਤਾਂ ਕਰਕੇ ਆਇਆ ਕਿਉਂਕਿ ਮੇਰੀ ਮਦਰ ਨੂੰ ਕੁਝ ਪ੍ਰੋਬਲਮ ਸੀਗੀ ਡਿਸਕ ਦੀ ਜੋ ਕਿ ਇੱਥੋਂ ਹੀ ਇਲਾਜ ਹੋਣ ਕੇ ਠੀਕ ਹੋਏ ਆ ਤੇ ਸੋ ਮੈਂ 1 ਵੀਕ ਨਾ ਤੋਂ ਮੈਡੀਸਿਨ ਲੈ ਕੇ ਗਿਆ ਫਿਰ ਮੈਂ ਦੁਬਾਰਾ ਟੈਸਟ ਕਰਵਾਏ ਤੇ ਮੇਰੀ ਰਿਪੋਰਟਸ ਬਿਲਕੁਲ ਨੋਰਮਲ ਆਈਆਂ ਜਾ ਰਹੀਆਂ ਇੱਕ ਹਫਤੇ ਦੇ ਵਿੱਚ ਹਾਂਜੀ ਕਿੰਨਾ ਸੀ ਪਹਿਲਾਂ ਤੁਹਾਡਾ ਜਿਹੜਾ ਕੈਸਟਰੋਲ ਲੈਵਲ ਸੀ ਜਿਹੜਾ ਮੇਰਾ 1500 ਕੁਝ ਸੀਗਾ ਸਰ ਤੇ ਆਫਟਰ 1 ਵੀਕ 200 ਕੁਝ ਸੀਗਾ ਕੀ ਕੀ ਤਕਲੀਫ ਕੀ ਹੋਣ ਲੱਗੀ ਸੀ ਪਹਿਲਾਂ ਤੁਹਾਨੂੰ ਤਕਲੀਫ ਸਰ ਇੱਕ ਤੇ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਨਾ ਦੂਜਾ ਬਹੁਤ ਜਲਦੀ ਥੱਕ ਜਾਣਾ ਜਿੱਦਾਂ ਨੀਂਦ ਬਹੁਤ ਜ਼ਿਆਦਾ ਆਣਾ ਤੇ ਇਹ ਸਭ ਚੀਜ਼ਾਂ ਰਾਤ ਨੂੰ ਪ੍ਰੋਪਰ ਟਾਈਮ ਤੇ ਸੋਣਾ ਨਹੀਂ ਤੇ ਸਵੇਰੇ ਫਿਰ ਸਾਰਾ ਸਾਰਾ ਦਿਨ ਸੁੱਤੇ ਰਹਿਣਾ ਐਵੇਂ ਲੱਗਦਾ ਸੀ ਮਤਲਬ ਦਿਮਾਗ ਭਾਰੀ ਭਾਰੀ ਤੇ ਫਿਰ ਤੁਹਾਡੀ ਜਿਹੜੀ ਉੱਥੇ ਲਾਈਫ ਇੰਨੀ ਜ਼ਿਆਦਾ ਹੈਟਿਕ ਸੀ ਜਾਂ ਉਸ ਇਹ ਪ੍ਰੋਬਲਮ ਤੁਹਾਨੂੰ ਕਿਉਂ ਲੱਗਦਾ ਕਿ ਕਿਉਂ ਆਈ ਕਿਉਂ ਸਰ ਖਾਨਬੀਨ ਦੀ وجہ ਨਾਲ ਹੋ ਸਕਦੀ ਬਿਕੋਜ਼ ਦਾ ਰੀਜ਼ਨ ਕਿਉਂਕਿ ਮੈਨੂੰ 7-8 ਮਹੀਨੇ ਹੋ ਗਏ ਇੰਡੀਆ ਆਏ ਹੋਏ ਤੇ ਉਸ ਤੋਂ ਪਹਿਲਾਂ ਮੈਂ ਨਾਰਮਲ ਸੀਗਾ ਕੁਝ ਮੌਸਮ ਦਾ ਵੀ ਹੈ ਲਾਸਟ 4 ਇਅਰ ਤੋਂ ਮੇਰਾ ਵੀਦਰ ਵੀ ਚੇਂਜ ਹੋਇਆ ਕਿਉਂਕਿ ਉੱਥੇ ਇੰਨੀ ਗਰਮੀ ਨਹੀਂ ਹੈਗੀ ਜਿੰਨੀ ਉਹ ਕੋ ਇੱਥੇ ਹੈ ਤੇ ਉਹ ਮੇਰੇ ਖਾਣ-ਪੀਣ ਨਾਲ ਵੀ ਹੋ ਸਕਦਾ ਪਟਿਆ ਫਰਸਟ ਟਾਈਮ ਸੀਗੀ ਪ੍ਰੋਬਲਮ ਬਟ ਮੈਂ ਇੱਥੇ ਆ ਕੇ ਬਿਲਕੁਲ ਪ੍ਰੋਪਰ ਫੀਲ ਕਰ ਰਿਹਾ ਤੇ ਅੱਜ ਮੈਂ ਫਿਰ ਵਾਪਸ ਜਾਣਾ ਤੇ ਮੈਂ ਫਿਰ ਜਾਣ ਲੱਗੇ ਫਿਰ ਦੁਬਾਰਾ ਮੈਡੀਸਿਨ ਲੈਣ ਆਇਆ ਤਾਂ ਕਿ ਮੈਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਹੋਏ ਜਦੋਂ ਤੁਸੀਂ ਰਿਪੋਰਟਸ ਕਰਾਈਆਂ ਸੀ ਤੁਸੀਂ ਕਹਿ ਰਹੇ ਕਿ ਜੂਨ ਮਹੀਨੇ ਦੇ ਵਿੱਚ ਤੁਸੀਂ ਜਿਹੜੀਆਂ ਰਿਪੋਰਟਸ ਕਰਾਈਆਂ ਤੇ ਇੱਕਦਮ ਝਟਕਾ ਲੱਗਿਆ ਹੋਣਾ ਵੀ ਇਹ ਕੀ ਹੋਇਆ ਨਹੀਂ ਟੈਨਸ਼ਨ ਤੇ ਨਹੀਂ ਸੀਗੀ ਬਿਕੋਜ਼ ਕਿਉਂਕਿ ਜਦੋਂ ਮੈਂ ਇੱਥੇ ਆਇਆ ਮੈਨੂੰ ਸਭ ਤੋਂ ਪਹਿਲਾਂ ਇਹ ਚੀਜ਼ ਸਮਝਾਈ ਗਈ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਕੋਈ ਮਤਲਬ ਡਰਨੇ ਵਾਲੀ ਜਾਂ ਕੋਈ ਅਦਾਂ ਦੀ ਮੇਰੇ ਦਿਮਾਗ ਚ ਕੋਈ ਚੀਜ਼ ਨਹੀਂ ਪਾਈ ਗਈ ਜਿਵੇਂ ਡਾਕਟਰ ਕਰਦੇ ਆ ਕਿਵੇਂ ਕਰਦੇ ਆ ਡਾਕਟਰ ਡਾਕਟਰ ਤੇ ਸਿਰ ਮੇਰੀ ਰਿਪੋਰਟ ਵੇਖ ਕੇ ਕਹਤਾ ਸੀ ਐਡਮਿਟ ਹੋ ਜਾ ਜੋ ਚੀਜ਼ ਹੋਦੀ ਅੰਦਰ ਸੀਗੀ ਤੁਹਾਨੂੰ ਐਡਮਿਟ ਹੋਣ ਵਾਸਤੇ ਕਹਤਾ ਸੀ ਹਾਂਜੀ ਸਰ ਮੈਂ ਉਹੀ ਹੈ ਮੈਂ ਡਰਦੇ ਤੇ ਉੱਥੇ ਨਹੀਂ ਗਿਆ ਜਦੋਂ ਮੈਂ ਇੱਥੇ ਆਇਆ ਸਰ ਨੇ ਮੇਰੀ ਰਿਪੋਰਟਸ ਦੇਖੀਆਂ ਤੇ ਮੈਨੂੰ ਇਹਨਾਂ ਕਿਹਾ ਗਿਆ ਕਿ ਤੁਸੀਂ ਬਹੁਤ ਜਲਦੀ ਠੀਕ ਵੀ ਹੋ ਜਾਓਗੇ ਤੇ ਜੋ ਸਾਡੀ ਮੈਡੀਸਿਨ ਦੇ ਨਾਲ ਤੁਸੀਂ ਖਾਣ ਪੀਣ ਦਾ ਖਿਆਲ ਰੱਖਣਾ ਉਸ ਚੀਜ਼ ਨੂੰ ਤੁਸੀਂ ਗੇਨ ਕਰੋ ਤੇ ਤੁਸੀਂ ਬਿਲਕੁਲ ਪ੍ਰੋਪਰ ਹੋ ਜਾਓਗੇ ਤੇ ਮੈਂ 1 ਵੀਕ ਦੇ ਅੰਦਰ ਜਦੋਂ ਦੁਬਾਰਾ ਆਪਣੇ ਟੈਸਟ ਕਰਵਾਏ ਤੇ ਰਿਪੋਰਟਸ ਮੇਰੀ ਕੁਝ ਹੋਰ ਹੀ ਬੋਲੀਆਂ ਤੇ ਮੇਰੇ ਦਿਮਾਗ ਚੋਂ ਤਾਂ ਟੈਨਸ਼ਨ ਹੀ ਨਿਕਲ ਗਈ ਬਿਲਕੁਲ ਤਾਂ ਕਰਕੇ ਮੈਂ ਅੱਜ ਵੀ ਇੱਥੇ ਬੈਠਾ ਕਿਉਂਕਿ ਜਾਣ ਤੋਂ ਪਹਿਲੇ ਮੈਨੂੰ ਐ ਸੀ ਇੱਗੇ ਜਾ ਕੇ ਕੋਈ ਮੈਨੂੰ ਪ੍ਰੋਬਲਮ ਐਦਾਂ ਦੀ ਫਿਰ ਫੀਲ ਹੋਏ ਤੇ ਮੇਰੇ ਕੋਲ ਮੈਡੀਸਿਨ ਹੋਣੀ ਚਾਹੀਦੀ ਆ ਜੀ 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 ਸੋ ਕਹਿੰਦੇ ਨੇ ਕਿ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਨੇ ਉਹ ਵੀ ਮਾਵਾ ਸਮਾਨ ਹੁੰਦੀਆਂ ਨੇ ਤੇ ਇਹਨਾਂ ਨੂੰ ਵੀ ਇੱਥੇ ਇਹਨਾਂ ਦੀ ਭੈਣ ਹੀ ਲੈ ਕੇ ਆਈ ਐ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੀ ਨਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪੂਜਾ ਅੱਛਾ ਪੂਜਾ ਜੀ ਤੁਸੀਂ ਆਪਣੇ ਬ੍ਰਦਰ ਨੂੰ ਇੱਥੇ ਲੈ ਕੇ ਆਏ ਹੋ ਇਸ ਤੋਂ ਪਹਿਲਾਂ ਤੁਸੀਂ ਆਪਣੀ ਮਾਤਾ ਜੀ ਦਾ ਵੀ ਇਲਾਜ ਇੱਥੋਂ ਕਰਵਾਇਆ ਸੀ ਕਿਸ ਤਰੀਕੇ ਨਾਲ ਬਣਿਆ ਇਹ ਭਰੋਸਾ ਸਾਰਾ 其实र मैं चंडीगढ़ सी जी मैं अपनी मदर ਨੂੰ ਚੰਡੀਗੜ੍ਹ ਪੀਜੀਆਈ ਲੈ ਕੇ ਗਈ ਸੀ ਐ ਤੁਰ ਨਹੀਂ ਸਕਦੇ ਸੀ ਇਹਨਾਂ ਦੀ ਸਪਾਈਨਲ ਡਿਸਕ ਦੀ ਪ੍ਰੋਬਲਮ ਹੋਈ ਸੀ ਇੰਨੀ ਹਾਲਤ ਖਰਾਬ ਸੀ ਕਿ ਜਦੋਂ ਮੈਂ ਇੱਥੇ ਆਈ ਸੀ ਤੇ ਦੋ ਬੰਦੇ ਇਹਨਾਂ ਨੂੰ ਐਵੇਂ ਬਾਹਾਂ ਫੜ ਕੇ ਤੇ ਦੋ ਐਵੇਂ ਚੁੱਕ ਕੇ ਲਿਆਏ ਅੰਦਰ ਗੱਡੀ ਚੋਂ ਬਾਹਰ ਮੇਰੇ ਵਾਸਤੇ ਸਿਰਫ ਉਸ ਟਾਈਮ ਇਹ ਦਿੱਕਤ ਸੀ ਕਿ ਪਤਾ ਨਹੀਂ ਠੀਕ ਹੋਣਗੇ ਨਹੀਂ ਸਿਰਫ ਅੱਖਾਂ 'ਚ ਅਸੂ ਸੀ ਇਹ ਹੋਰ ਕੁਝ ਨਹੀਂ ਸੀਗਾ ਇੱਕ ਉਮੀਦ ਸੀ ਕਿ ਕਿਸੇ ਨੇ ਐਵੇਂ ਕਿਆ ਸਰੰਦ ਚਲੇ ਜੋ ਉਥੇ ਕੋਈ ਬੈਠਾ ਉਹ ਵੇਖ ਲਓ ਤੁਹਾਡਾ ਇਲਾਜ ਕਰ ਦੇ ਤਾਂ ਚੰਡੀਗੜ੍ਹ ਪੀਜੀਆਈ ਸਾਨੂੰ ਕਿਸੇ ਨੇ ਦੱਸਿਆ ਮੈਂ ਸਿੱਧੀ ਚੰਡੀਗੜ੍ਹ ਤੋਂ ਵੱਡੀ ਇਧਰ ਲੈ ਕੇ ਆਈ ਆਈ ਦਿਖਾਇਆ ਤੇ ਭਾਜੀ ਬੋਲੇ ਕਿ ਕੋਈ ਨਾ ਠੀਕ ਹੋ ਚੋਗੇ ਪਹਿਲਾਂ 1 ਵੀਕ ਦੀ ਦਵਾਈ ਦਿੱਤੀ 1 ਵੀਕ ਬਾਅਦ ਦੁਬਾਰਾ ਆਈ ਮੈਂ ਪਾਣੀ ਪੱਤੋ ਸਪੈਸ਼ਲ ਲੋਕੀ ਵੀ ਕਹਿੰਦੇ ਨੇ ਯਾਰ ਯਹਾਂ ਇਤਨੇ ਡਾਕਟਰ ਨੇ ਇਤਨੀ ਦੂਰ جاتی ਹੈ ਮੈਂ ਕਿਹਾ ਹਾਂ ਵਾਹਾਂ ਮੇਰੀ ਮਦਰ ਨੂੰ ਲੱਗਦਾ ਮੈਂ ਠੀਕ ਕਰ ਪਾਉਂਗੀ ਫੇਰ 15 ਦਿਨ ਦੀ ਦਵਾਈ ਮੈਂ 2 ਸਾਲ ਇਹਨਾਂ ਨੂੰ ਲਗਾਤਾਰ ਇਹਨਾਂ ਨੇ ਦਵਾਈ ਖਾਤੀ ਉਹ ਤੋਂ ਬਾਅਦ ਅੱਜ ਮੇਰੇ ਮਦਰ ਤੁਹਾਡੇ ਸਾਹਮਣੇ ਬੈਠੇ ਆ ਕਿਹੋ ਜੀਆਂ ਜਿਹੜੀਆਂ ਦਿੱਕਤਾਂ ਕਿਹੋ ਜੀਆਂ ਜਿਹੜੀ ਪ੍ਰੋਬਲਮ ਸੀ ਤੁਹਾਡੀ ਮਦਰ ਨੂੰ ਇੱਥੇ ਆਉਣ ਤੋਂ ਪਹਿਲਾਂ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੀਜੀਆਈ ਚੋਂ ਮੁੜ ਕੇ ਆਇਓ ਬਿਲਕੁਲ ਸਭ ਤੋਂ ਪਹਿਲਾਂ ਤਾਂ ਡਿਸਕ ਦੀ ਪ੍ਰੋਬਲਮ ਸੀ ਸਲਿੱਪ ਡਿਸਕ ਸੀ ਸਭ ਤੋਂ ਸਭ ਤੋਂ ਵੱਡੀ ਪ੍ਰੋਬਲਮ ਸੀ ਆ ਸਿਰਫ ਇੱਕ ਝਟਕਾ ਲੱਗਿਆ ਸੀ ਤੇगिर ਗਏ ਇਹਨਾਂ ਨੂੰ ਪਿੱਛੇ ਡਿਸਕ ਦੀ ਪ੍ਰੋਬਲਮ ਹੋ ਗਈ ਉਹ ਡਿਸਕ ਦੀ ਪ੍ਰੋਬਲਮ ਨਾਲ ਪੂਰੀ ਟੰਗ 'ਚ ਪੇਨ ਹੁੰਦਾ ਸੀ ਖੜੇ ਨਹੀਂ ਹੋ ਸਕਨਾ ਉਸ ਤੋਂ ਬਾਅਦ ਓਵਰ weight ਹੋਣ ਤੋਂ وجہ ਤੇ ਉਹ ਵੈਸੇ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਬੰਦੇ ਨੂੰ ਇੱਕ ਏਜ ਆ ਜੇ ਜਦੋਂ ਬੰਦਾ 60+ ਆ ਜੇ ਉਸ ਟਾਈਮ ਤਾਂ ਮਤਲਬ ਡਾਕਟਰ ਵੀ ਕਹਿੰਦੇ ਸਪਾਈਨਲ ਆਪਰੇਸ਼ਨ ਕਰਾਓ ਚੰਡੀਗੜ੍ਹ ਪੀਜੀਆਈ ਉਹਨਾਂ ਨੇ ਸੈਰੋਇਡ ਸਟਾਰਟ ਦੇ ਇੰਜੈਕਸ਼ਨ ਲਾਈਟ ਐਸੋਨਾ ਦੇ ਇੰਜੈਕਸ਼ਨ ਲਾਈ ਤੇ ਸਾਰੇ ਸਾਰੇ ਰਾਤ ਇਹਨਾਂ ਨੂੰ ਸੁਆਤਾ ਉਦੋਂ ਬਾਅਦ ਸਵੇਰੇ ਇਹਨਾਂ ਦੀ ਹਾਲਤ ਖਰਾਬ ਮੈਂ ਉੱਥੋਂ ਬਿਨਾਂ ਕਿਸੇ ਨੂੰ ਦੱਸੇ ਮਦਰ ਨੂੰ ਲੈ ਕੇ ਆ ਗਈ ਸੀ ਕੋਈ ਟ੍ਰੀਟਮੈਂਟ ਨਹੀਂ ਕਰਾਇਆ ਮੈਂ ਉਥੇ ਮਦਰ ਨੂੰ ਲੈ ਕੇ ਆਈ ਅੱਜ ਮੇਰੇ ਮਦਰ ਐਵੇਂ ਬੈਠਿਆ ਮੇਰਾ ਤਾਂ ਭਰੋਸਾ ਬਰਨਾ ਹੀ ਆ ਜੀ ਜੀ ਬ੍ਰਦਰ ਦੀ ਰਿਪੋਰਟ ਆਈ ਇਹਦਾ ਕੋਵਿਡ ਦਾ ਟੈਸਟ ਕਰਾਣਾ ਸੀ ਕਿਉਂਕਿ ਰਿਪੋਰਟ ਜਾਣੀ ਸੀ ਕੋਵਿਡ ਦਾ ਟੈਸਟ ਕਰਾਣਾ ਸੀ ਦਿੱਲੀ ਚ ਇਹ ਘਾਰਿਆ ਸੀ ਨਈ ਇਹਦਾ ਨਾ ਟੈਸਟ ਕਰਾਰਾ ਫੁੱਲ ਬੋਡੀ ਦਾ ਕੋਈ ਦਿੱਕਤ ਨਾ ਹੋਏ ਮੁੰਡੇ ਨੇ ਬਾਹਰ ਇਕੱਲੇ ਰਹਿਣਾ ਤੇ ਉਥੇ ਇਹਦਾ ਟੈਸਟ ਕਰਾਇਆ ਫੁੱਲ ਬੋਡੀ ਦਾ ਫੁੱਲ ਬੋਡੀ ਦਾ ਟੈਸਟ ਇਹਨੂੰ ਕਰਾਇਆ ਤੇ ਇਹਦੀ ਰਿਪੋਰਟ ਕੁਝ ਹੋਰ ਬੋਲੇ ਅਗਲੇ ਦਿਨ ਦੀ ਫਲਾਈਟ ਸੀ ਤੇ ਸਭ ਤੋਂ ਜ਼ਿਆਦਾ ਇਹ ਵੀ ਕੱਲ ਫਲਾਈਟ ਆ ਅੱਜ ਰਿਪੋਰਟ ਆ ਬੋਲਦੀ ਆ ਮੇਰਾ ਫੋਨ ਕਿਸੇ ਨੇ ਨਹੀਂ ਲਿਆ ਮੈਂ ਦਿੱਲੀ ਐਮਸ ਨੂੰ ਡਾਕਟਰ ਨੂੰ ਜਾਣਨੀ ਆ ਖੁਦ ਐਜੂਕੇਸ਼ਨ ਡਿਪਾਰਟਮੈਂਟ ਚਾ ਬਹੁਤ ਸਾਰੇ ਲੋਕੀ ਨਾ ਉਹਨੇ ਦਿੱਲੀ ਮੇਰੇ ਨੇੜੇ ਪੈਂਦਾ ਇਹ ਜਿਆਦਾ ਦੂਰ ਆ ਦਿੱਲੀ ਜਿਆਦਾ ਨਜ਼ਦੀਕ ਜੀ ਜੀ ਉਧਰ ਨਾ ਜਾ ਕੇ ਮੇਰਾ ਇੱਧਰ ਆਣਾ ਹੋਇਆ ਰੀਜ਼ਨ ਇਹ ਹੀ ਸੀ ਕਿ ਇੱਕ ਵਾਰ ਪਤਾ ਤਾਂ ਚੱਲੇ ਕਿ ਪ੍ਰੋਬਲਮ ਹੋ ਘ ਹੀ ਰਹੀ ਹੈ ਮੈਂ ਫੋਨ ਕਿਤਨਾ ਪਾਜੀ ਨੂੰ ਮੈਂ ਪਾਜੀ ਆ ਮੈਂ ਰਿਪੋਰਟ ਆ ਰਿਪੋਰਟ ਮੈਂ ਤੁਹਾਨੂੰ ਸੈਂਡ ਕਰ ਰਹੀ ਆ ਕਹਿੰਦੇ ਠੀਕ ਆ ਰਿਪੋਰਟ ਸੈਂਡ ਕੀਤੀ ਕਹਿੰਦਾ ਵੀ ਭੇਜਣਾ ਨਹੀਂ ਆ ਮੁੰਡਾ ਮੁੰਡਾ ਇੱਥੇ ਹੀ ਰੱਖੋ ਉਹਨੂੰ ਠੀਕ ਕਰਨਾ ਜਿਆਦਾ ਦਿੱਕਤ ਹੋ ਜੇਗੀ। ਉਸੇ ਟਾਈਮ ਫਲਾਈਟ ਦੀ ਕੈਨਸਲ ਕਰਾਈ ਤੇ 1 ਮਹੀਨਾ ਅਗੋਂ ਪੋਸਟਪੋਨ ਲਿੱਤੀ ਫਲਾਈਟ। ਹੁਣ ਅੱਜ ਦੀ ਇਹਦੀ ਫਲਾਈਟ ਆ। ਪਿਛਲੇ 9 ਜੂਨ ਦੀ ਮੇਰੀ ਰਿਪੋਰਟ ਸੀਗੀ, 10 ਤੂਏ ਦੀ ਫਲਾਈਟ ਸੀਗੀ। ਤੇ ਨਹੀਂ ਭੇਜਿਆ ਅੱਜ ਦੀ ਇਹਦੀ ਫਲਾਈਟ ਹੁਣ। ਪਰ ਜਿੱਥੇ ਜਿਹੜੇ ਮੁਲਕ ਤੁਸੀਂ ਭੇਜਣਾ ਸੀ ਪੂਜਾ ਜੀ, ਉਹ ਮੁਲਕ 'ਚ ਤਾਂ ਐਡਵਾਂਸ ਟੈਕਨੋਲੋਜੀ ਆ, ਐਡਵਾਂਸ ਜਿਹੜਾ ਟ੍ਰੀਟਮੈਂਟ ਹੈ ਫਿਰ ਇੱਥੇ ਸਰ ਉਹ ਐਲੋਪੈਥਿਕ ਆ ਨਾ। ਹਮ ਅਸੀਂ ਆਯੁਰਵੈਦਾ ਲੈਣਾ। ਉਹ ਜੜ ਤੋਂ ਖਤਮ ਨਹੀਂ ਕਰੇਗਾ। ਉਹ ਲਾਈਫਟਾਈਮ ਦੀ ਬੀਪੀ ਸ਼ੁਗ ਆ ਪ੍ਰੋਬਲਮ ਨੂੰ ਖਤਮ ਕਰਦਾ ਉਹ ਤਾਂ ਸਿਰਫ ਇੱਕ ਟਰੀਟਮੈਂਟ ਹੈ ਨਹੀਂ ਨੜੇ ਨਾਲੇ ਸਾਡੇ ਚੱਲਣਾ ਗੋਲੀ ਸਾਡੇ ਪਰਚ ਹਮੇਸ਼ਾ ਹੋਣੀ ਚਾਹੀਦੀ ਹੈ ਜੇ ਗੋਲੀ ਨਹੀਂ ਅਸੀ ਨਹੀਂ ਉਹ ਚੀਜ਼ ਨਹੀਂ ਰੱਖਣੀ ਨਾ ਮੈਂ ਉਹਨੂੰ ਉਸਦੀ ਏਜ ਕਿੰਨੀ ਹੈ 35 ইয়ার্স ਦਾ ਹੈ ਲੋ 35 ইয়ার্স ਤੇ ਮੈਂ ਉਹਨੂੰ লাইਫਟਾਈਮ ਗੋਲੀ ਥੋੜੀ ਦੇ ਸਕਣੀ ਆ ਉਹ ਅੱਗੋ ਜਾ ਕੇ ਪਤਾ ਨਹੀਂ ਉਹ ਗੋਲੀ ਕਿੰਨਾ ਅਸਰ ਕਰੇਗੀ ਬੋਡੀ ਤੇ ਤੁਸੀਂ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਹਾਡੀ ਡਾਕਟਰਸ ਨਾਲ ਗੱਲ ਹੋਈ ਤਾਂ ਡਾਕਟਰਸ ਨੇ ਤੁਹਾਨੂੰ ਪਹਿਲਾਂ ਰਿਐਕਸ਼ਨ ਕੀ ਦਿੱਤਾ ਸੀ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਕਸਟੋਲ ਲੈਵਲ ਇਸ ਤੱਕ ਪਹੁੰਚ ਗਿਆ ਹੈ ਦੋਨੋਂ ਰਿਪੋਰਟ ਲੈ ਕੇ ਡਾਕਟਰ ਪਾਨੀਪੱਦੀ ਮੈਨੂੰ ਨਾਂ ਨਹੀਂ ਲਾਂਗੀ ਬੜੇ ਫੇਮਸ ਡਾਕਟਰ ਨੇ ਉਹਨਾਂ ਕੋਲ ਗਈ ਮੈਂ ਕਿਹਾ ਅੰਕਲ ਲੈਸੇ ਸੇ ਮੇਰੀ ਫੈਮਿਲੀ ਡਾਕਟਰ ਹੈ ਮੈਂ ਕਿਹਾ ਅੰਕਲ ਐਸਐਸੇ ਸੇ ਲੱਕੀ ਕਿ ਰਿਪੋਰਟ ਐਸੀ ਆਈ ਹੈ ਕੀ ਕਰੂੰ ਅੱਛਾ ਦਿਖਾਓ ਰਿਪੋਰਟ ਮੈਂ ਉਹਨਾਂ ਨੂੰ ਪਹਿਲੇ ਵਾਲੀ ਰਿਪੋਰਟ ਦਿੱਤੀ ਕਿ ਰੇ ਰੇ ਇਹ ਤਾਂ ਬਹੁਤ ਜ਼ਿਆਦਾ ਹੈ ਤਾਂ ਬਿਲਕੁਲ ਕ੍ਰਿਟੀਕਲ ਕੰਡੀਸ਼ਨ ਹੋ ਗਈ ਧਿਆਨ ਨਹੀਂ ਰੱਖਤੇ ਹੋਣਗੇ ਬਹੁਤ ਸਾਰਾ ਡਰਾਇਆ ਉਸ ਤੋਂ ਬਾਅਦ ਮੈਂ ਦੂਜੀ ਰਿਪੋਰਟ ਦਿੱਤੀ ਹਾਊ ਕੈਨ ਕੀ ਕੀਤਾ ਥਾ ਰਿਪੋਰਟ ਗਲਤ ਹੈ ਦੁਬਾਰਾ ਕਰਾਓ ਮੈਂ ਕਿਹਾ ਸਰ ਰਿਪੋਰਟ ਵੀ ਠੀਕ ਹੈ ਉਹ ਖੁਦ ਵੀ ਠੀਕ ਹੈ ਰੀਜ਼ਨ ਵਹੀ ਕਿ ਉਹਨਾਂ ਦਾ ਇਸੇ ਕਿ ਇਹ ਮੈਡੀਸਨ ਚੱਲਣੀ ਹੈ ਐਡਮਿਟ ਕਰਨਾ ਹੈ ਹੈਲਥ ਇੰਸ਼ੋਰੈਂਸ ਹੈ ਤਾਂ ਚਲੋ ਜੀ ਹੋਰ ਵੀ ਜ਼ਿਆਦਾ ਪੰਗਾ ਹੋ ਗਿਆ ਲੈ ਜੋ ਵੀ ਹੈਲਥ ਇੰਸ਼ੋਰੈਂਸ ਆਇਆ ਤਾਂ ਕਿਉਰ ਹੁੰਦਾ ਰਹੇਗਾ ਉਹ ਸਾਰੀ ਚੀਜ਼ ਮੈਂ ਉਹਦੀ ਕੀਤੀ ਮੈਂ ਕਿਹਾ ਨਹੀਂ ਸਰ ਮੇਰਾ ਟ੍ਰੀਟਮੈਂਟ ਚੱਲੇਗਾ ਤਾਂ ਆਯੁਰਵੈਦਿਕ ਕਿਉਂਕਿ ਮੇਰਾ ਇੱਕ ਵਹਾਂ ਪੇ ਇੱਕ ਫੇਥ ਬੈਠ ਗਿਆ ਕਿੰਨਾ ਖਰਚਾ ਦੱਸਿਆ ਸੀ ਇਸ ਬਿਮਾਰੀ ਨੂੰ ਐਡਮਿਟ ਕਰਨ ਤੋਂ ਲੈ ਕੇ ਹੁਣ ਤੱਕ ਉੱਥੇ ਤਾਂ ਉਹਨਾਂ ਨੇ ਤਾਂ ਸਰ ਮੈਨੂੰ ਪਾਣਾ 10 ਲੱਖ 2 ਲੱਖ ਤਾਂ ਉਹਨਾਂ ਨੇ ਸਟਾਰਟਿੰਗ ਹੀ ਐਡਮਿਟ ਕਰਾਉਣ ਦਾ ਲੈਣਾ 50000 ਦਾ ਫੀਸ ਹੈ ਉਹਨਾਂ ਦੀ ਐਡਮਿਟ ਕਰਾਉਣਾ 50000 ਫੀਸ ਤੁਸੀਂ ਪਾ ਦਿਓ ਉਸ ਤੋਂ ਬਾਅਦ ਡੇਲੀ ਦੇ ਉਹਨਾਂ ਦੇ ਐਕਸਪੈਂਸਿਵ ਟੈਸਟ ਲੈਬ ਅੰਦਰ ਹੀ ਬਣੀ ਹੋਈਆਂ ਟ ਇਥੇ ਤਾਂ ਮੈਂ ਅੱਗੇ ਕਦੇ ਕੋਈ ਟੈਸਟ ਵੀ ਨਹੀਂ ਕਰਾਇਆ ਦਵਾਈ ਕੀ ਹੈ ਸਰ ਇੱਕ ਮਤਲਬ ਨੋਮੀਨਲ ਜਿੱਦਾਂ ਸਾਡਾ ਡੇਲੀ ਡਾਈਟ ਹੁੰਦੀ ਹੈ ਨਾ ਉਨੀ ਜੀ ਦਵਾਈ ਦਾ ਖਰਚਾ ਸੀਗਾ ਤੇ ਸਾਡਾ ਮੁੰਡਾ ਠੀਕ ਹੋ ਗਿਆ 1000 ਰੁਪਏ ਦੀ ਦਵਾਈ ਕੀ ਹੁੰਦੀ ਹੈ ਸਰ ਕੁਝ ਵੀ ਨਹੀਂ ਬੱਚਾ ਖਾ ਜਾਂਦਾ 1000 ਰੁਪਏ ਤਾਂ ਹਾਂ ਤੇ ਉਸ ਦਵਾਈ ਸਾਡਾ ਮੁੰਡਾ ਠੀਕ ਹੋ ਗਿਆ ਸੀ ਕਾਨੂੰ 1000 ਰੁਪਏ ਭਰਨੇ ਸੀ ਮੇਰੀ ਮਦਰ ਦਾ ਉਸ ਸਪਾਈਨਲ ਦਾ ਜੇ ਮੈਂ ਆਪਰੇਸ਼ਨ ਕਰਾਣ ਜਾਂਦੀ ਤੇ ਆਪਰੇਸ਼ਨ ਤੇ ਕੀ ਲੰਦੇ ਸਰ 5-6 ਲੱਖ ਰੁਪਏ ਮੇਨ ਨੇ ਉਸ ਤੋਂ ਬਾਅਦ ਪਤਾ ਨਹੀਂ ਠੀਕ ਹੋਣਾ ਸੀ ਕਿ ਨਹੀਂ ਹੋਣਾ ਸੀ ਉਹਨਾਂ ਦੀ ਏਜ ਵਾਸਤੇ ਡਾਕਟਰ ਨੇ ਮੈਨੂੰ ਕਿਹਾ ਸੀ ਉਹ ਤਾਂ 올ਡ ਏਜ ਦੇ ਹੈ ਆਪ ਕੈਸਾ ਠੀਕ ਕਰੇ ਉਹਨਾਂ ਦੀ ਹਡੀਆਂ ਵੀਕ ਹੋ ਗਈਆਂ ਬੀਪੀ ਸ਼ੂਗਰ ਦੇ ਪੇਸ਼ੈਂਟ ਨੇ ਲੇਕਿਨ ਅੱਜ ਮੇਰੇ ਸਾਹਮਣੇ ਖੜੇ ਨੇ ਮੇਰੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੋ ਜਿਹਾ ਤਜਰਬਾ ਜਿਹੜਾ ਉਹਨਾਂ ਦਾ ਰਿਹਾ ਕਿਉਂਕਿ ਇਸ ਉਮਰ ਦੇ ਵਿੱਚ ਜਿਹੜੇ ਡਾਕਟਰ ਲੋਗ ਹੈਗੇ ਨੇ ਉਹ ਕਹਿੰਦੇ ਨੇ ਕਿ ਆਪਰੇਸ਼ਨ ਠੀਕ ਹੋਵੇ ਨਾ ਹੋਵੇ ਸਾਡੀ ਅਸੀਂ ਕੋਈ ਗਾਰੰਟੀ ਨਹੀਂ ਇਸ ਚੀਜ਼ ਦੀ ਲੈਂਦੇ ਕਿਉਂਕਿ ਉਮਰ ਦਰਾਜ਼ੀ ਦੀ ਗੱਲ ਹੈ ਆਪਰੇਸ਼ਨ ਸਕਸੈਸ ਹੋਵੇ ਨਾ ਹੋਵੇ ਇਹ ਵੀ ਕੋਈ ਗਾਰੰਟੀ ਨਹੀਂ ਉੱਥੇ ਜਿਹੜੇ ਡਾਕਟਰਸ ਵੱਲੋਂ ਵੱਡੇ ਵੱਡੇ ਡ ਮੇਰੇ ਨਾਲ ਜੀ ਜੀ ਪੁਸ਼ਪ ਅੱਛਾ ਅ ਬੜੇ ਤੁਸੀਂ ਖੁਸ਼ ਹੋ ਅੱਜ ਤੁਹਾਡਾ ਬੇਟਾ ਇੱਥੇ ਜਿਹੜਾ ਜ਼ਰੀਆ ਬਣੇ ਨੇ ਵੈਦ ਜੀ ਠੀਕ ਕਰਨ ਦਾ ਔਰ ਤੁਹਾਡੀ ਬੇਟੀ ਵੀ ਹੈ ਤੁਹਾਡੇ ਨਾਲ ਆਈ ਮੈਨੂੰ ਲੱਗਦਾ ਹੈ ਕਿ ਮਾਵਾ ਵਰਗੀ ਬੇਟੀ ਹੈ ਇਸ ਵਾਸਤੇ ਸੋ ਜੀ ਬਿਲਕੁਲ ਹੈ ਇਸ ਲਈ ਤੇ ਮੇਰੇ ਨਾਲ ਲੋਕ ਜਿਆਦਾ ਚਿੰਤਾ ਇਹਨੂੰ ਰਹਿੰਦੀ ਹੁੰਦੀ ਹੂੰ ਬਿਲਕੁਲ ਸਚਾਈ ਤੁਹਾਨੂੰ ਕੀ ਹੋਇਆ ਸੀ ਫਿਰ ਤੁਹਾਨੂੰ ਵੀ ਤਾਂ ਲਈ ਫਿਰਦੇ ਸੀ ਇਹ ਹਾਂ ਬਿਲਕੁਲ ਤੁਹਾਨੂੰ ਕੀ ਹੋਇਆ ਸੀ ਮੈਂ ਗਿਰ ਗਈ ਸੀ ਗਿਰ ਗਈ ਸੀ ਤੇ ਮੇਰੀ ਬਾਜ਼ੂ ਵੀ ਚੋਟ ਆਈ ਸੀ ਤੇ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਮੇਰੀਆਂ ਲੱਤਾਂ ਬਿਲਕੁਲ ਜਾਮ ਹੋ ਗਈਆਂ ਸੀ ਜਾਮ ਹੋਣ ਦੇ ਕਾਰਨ ਮੈਂ ਖੜੀ ਵੀ ਨਹੀਂ ਸੀ ਹੋ ਸਕਦੀ ਫਿਰ ਚੰਡੀਗੜ੍ਹ ਲੈ ਕੇ ਗਈ ਮੇਰੇ ਕੋਈ ਫਰੈਂਡ ਰਹਿੰਦੀ ਕੈਥਲ ਉਹਦਾ ਮੇਰੇ ਕੋਲ ਫੋਨ ਆਇਆ ਕਹਿੰਦੀ ਭੈਣ ਜੀ ਕੀ ਗੱਲ ਤੁਸੀਂ ਕਿਵੇਂ ਬੋਲੀ ਜਾਂਦੇ ਹੋ ਮੈਂ ਕਿ ਮੇਰੇ ਤਾਂ ਬੈਠੀ ਠੀਕ ਨਹੀਂ ਐ ਕਹਿੰਦੀ ਕੀ ਹੋਇਆ ਮੈਂ ਕਿ ਡਿਸਕ ਦੀ ਪ੍ਰੋਬਲਮ ਐ ਕਹਿੰਦੀ ਮੇਰੇ ਇੱਕ ਪੜੋਸ ਵਿੱਚ ਰਹਿੰਦੀ ਐ ਤੇ ਉਸ ਰੰਦ ਤੋਂ ਦਵਾਈ ਲੈ ਕੇ ਆਈਏ ਤੇ ਇਹ ਕਹਿਣ ਲੱਗੀ ਪੂਜਾ ਕਹਿੰਦੀ ਤੁਸੀਂ ਮੇਰਾ ਫੋਨ ਹੋਲਡ ਲੈ ਜਾ ਉਹਦੇ ਨਾਲ ਜਾ ਕੇ ਗੱਲ ਕਰਾਓ ਮੇਰੀ ਫਿਰ ਉਹ ਮਾਂ ਪੁੱਤਰ ਬੈਠੇ ਸੀ ਉਹਦਾ ਮੁੰਡਾ ਕਹਿਣ ਲੱਗਾ ਸਾਡੇ ਮੰਮੀ ਉਥੋਂ ਠੀਕ ਹੋਏ ਨਹੀਂ ਤੁਸੀਂ ਉੱਥੇ ਹੀ ਲੈ ਕੇ ਜਾ ਫਿਰ ਉਹਨਾਂ ਨੇ ਸਾਨੂੰ ਇਹਨਾਂ ਦਾ ਐਡਰੈਸ ਦਿੱਤਾ ਕਿਹੋ ਜੀ ਹਾਲਤ ਦੇ ਵਿੱਚ ਆਏ ਸੀ ਜਦੋਂ ਮੈਨੂੰ ਦੱਸਿਆ ਸੀ ਤੁਸੀਂ ਤਾਂ ਜਦੋਂ ਆਈ ਸੀ ਨਾ ਇੱਥੇ ਤੇ ਮੈਂ ਤਾਂ ਚਾਰ ਬੰਦੇ ਗੱਡੀ ਤੋਂ ਬਾਹਰੋਂ ਅੰਦਰ ਲਿਆਏ ਸੀ ਮੈਂ ਇਹਨਾਂ ਦੀ ਸ਼ਕਲ ਦੇਖੇ ਜਾਵੇਂ ਸ਼ੀਸ਼ੇ ਤੋਂ ਵੀ ਮੈਨੂੰ ਇਹਨਾਂ ਦਰਦ ਦੇ ਤੇ ਮੈਨੂੰ ਬੁਲਾ ਨਹੀਂ ਰਹੇ ਅੰਦਰ ਰੋਈ ਜਾਨ ਰੋਈ ਜਾਨ ਕਿਉਂ ਬਸ ਫਿਰ ਮੈਂ ਦਵਾਈ ਲੈ ਕੇ ਹਫ਼ਤੇ ਦੀ ਇਹਨਾਂ ਨੇ ਦਿੱਤੇ ਹਫ਼ਤੇ ਫਰਕ ਪੈ ਗਿਆ ਬਸ ਉਸ ਤੋਂ ਬਾਅਦ ਕਦੀ 8 ਦਿਨ ਬਾਅਦ ਕਦੀ 15 ਦਿਨ ਬਾਅਦ ਕਦੀ 20 ਦਿਨ ਬਾਅਦ ਹੋ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਮੈਂ ਦਵਾਈ ਤੇ ਇਹਨਾਂ ਦੀ 1.5 2 ਸਾਲ ਖਾਦੀਏ ਬਸ ਹੁਣ ਤਾਂ ਮੈਂ ਵੈਸੇ ਅੱਜ ਇਹਨਾਂ ਨੂੰ ਮਿਲਣ ਆਈ ਆਂ ਤੇ ਫਿਰ ਤੁਹਾਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਪੂਜਾ ਜੀ ਆਰਥਿਕ ਬੋਝ ਜਿਹੜਾ ਪਰਿਵਾਰ ਦੇ ਉੱਤੇ ਪੈਂਦਾ ਕਿਉਂਕਿ ਅਜਿਹੀ ਬਿਮਾਰੀ ਅਗਰ ਘਰ ਦੇ ਵਿੱਚ ਆ ਜਾਂਦੀ ਹੈ ਤਾਂ ਇੱਕ ਪੂਰੇ ਪਰਿਵਾਰ ਨੂੰ ਮੁਸ਼ਕਲ ਖੜੀ ਹੋ ਜਾਂਦੀ ਹੈ ਮੱਧ ਵਰਗੀ ਪਰਿਵਾਰ ਨੂੰ ਸੋ ਤੁਹਾਨੂੰ ਨਹੀਂ ਲੱਗਦਾ ਕਿ ਆਯੁਰਵੇਦਾ ਵੱਲ ਸਾਡੇ ਲੋਕਾਂ ਨੂੰ ਹੋਰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਸਰ ਅਸੀਂ ਮੈਂ ਖੁਦ ਲੋਕੀ ਇੱਕ ਮੰਨਦੇ ਹਾਂ ਕਿ ਪੜੇ ਲਿਖੇ ਲੋਕ ਹੋ ਕੇ ਐਲੋਪੈਥੀ ਨੂੰ ਜਾਓ ਆਯੁਰਵੇਦਨ ਨੂੰ ਕਿਉਂ ਸਿਰ ਮੈਨੂੰ ਲੱਗਦਾ ਸਿਰਫ ਇੰਡੀਆ ਹੀ ਚੇਗਾ ਆਯੁਰਵੇਦਾ ਔਰ ਸੜਡਲੀ ਇਹ ਸਭ ਤੋਂ ਬੈਸਟ ਪੁਆਇੰਟ ਹੈ ਅਸੀਂ ਇੰਡੀਆ ਚ ਰਹਿੰਦੇ ਆ ਸਾਨੂੰ ਇਹ ਮਤਲਬ ਫੈਸਿਲਿਟੀ ਮਿਲ ਰਹੀ ਹੈ ਨਹੀਂ ਤਾਂ ਅਜਾ ਐਲੋਪੈਥੀ ਵੱਲ ਜਾਵਾਂ ਤੇ ਮੈਂ ਸ਼ਾਇਦ ਆਪਣੀ ਮਦਰ ਵਾਸਤੇ ਵੀ 5-10 ਲੱਖ ਰੁਪਏ ਦਾ ਅਲੱਗ ਰੈਲ ਕੇ ਰੱਖਾਂ ਤੇ ਬ੍ਰਦਰ ਵਾਸਤੇ ਵੀ ਜੇ ਕੋਈ ਦਿੱਕਤ ਹੁੰਦੀ ਹੈ ਤਾਂ ਲੇਕਿਨ ਰੱਬ ਨੇ ਸੁਣ ਲਈ ਵੀ ਸਾਨੂੰ ਇੱਕ ਰੱਬ ਵਾਂਗ ਸੱਚੀ ਮੇਰੇ ਵਾਸਤੇ ਤਾਂ ਰੱਬ ਜਗ ਦਾ ਬੰਦਾ ਅੱਜ ਮੇਰੀ ਮਾਂ ਮੇਰੇ ਸਿਰ ਤੇ ਆ ਤਾਂ ਕਿਸੇ ਨਾ ਕਿਸੇ ਵੱਲ ਮੈਨੂੰ ਤਾਂ ਰੱਬ ਮਿਲਿਆ ਮੇਰਾ ਤਾਂ ਡਾਕਟਰ ਨਹੀਂ ਹੈਗਾ ਇਹ ਮੇਰਾ ਰੱਬ ਘਰ ਹੀ ਹੈਗਾ ਮੇਰੇ ਨੂੰ ਇਥੇ ਮੈਂ ਆਪਣੀ ਮਾਂ ਦੁਬਾਰਾ ਮਿਲੀ ਹੈ ਨਹੀਂ ਤਾਂ ਮੈਂ ਤਾਂ ਆਸ ਛੱਡਤੀ ਮੈਂ ਰੋਈ ਰੋਈ ਜਾਵਾ ਕਿ ਮੇਰੇ ਮਤਲਬ ਮਦਰ ਦੁਬਾਰਾ ਮੇਰੇ ਨਾਲ ਹੋਣ ਵੀ ਇਹ ਵੀ ਨਹੀਂ ਹੋਣਗੇ ਸਾਰੀ ਸਾਰੀ ਰਾਤ ਨੂੰ ਚੀਕਾ ਮਾਰਦੇ ਸੀ ਇਹਨਾਂ ਦੀ ਟੰਗਾ ਜਿਹਨਾਂ ਪੀੜ ਹੁੰਦਾ ਸੀ ਅੱਜ ਦੁਬਾਰਾ ਮੇਰੇ ਨਾਲ ਨੇ ਤਾਂ ਮੇਰੇ ਲਈ ਤਾਂ ਉਹ ਬੋਲ ਉਸ ਸਿਚੁਏਸ਼ਨ ਨੂੰ ਯਾਦ ਕਰਦੇ ਆ ਫਿਰ ਕਿਹੋ ਜਿਹਾ ਫੀਲ ਹੁੰਦਾ ਹਜੇ ਤੁਹਾਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਸ ਨੇ ਸਾਨੂੰ ਖੜਾਇਆ ਸਾਨੂੰ ਪਾਲਿਆ ਪੋਸਿਆ ਇੰਨਾ ਵੱਡਾ ਕੀਤਾ ਤੇ ਅਸੀਂ ਉਹਨਾਂ ਦੀ ਪੀੜ ਨੂੰ ਬੰਦਾ ਕਿਵੇਂ ਫੀਲ ਕਰਦਾ ਫਿਰ ਉਸ ਵੇਲੇ ਕਿਹੋ ਜੀ ਮਨ ਦੀ ਹਾਲਤ ਕਿਹੋ ਜੀ ਸੀ ਤੁਹਾਡੀ ਸਰ ਜਦ ਇੱਕ ਮਦਰ ਇਹ ਕਹਦੇ ਨਾ ਕਿ ਹੁਣ ਮੈਂ ਨਹੀਂ ਬਚਣਾ ਤੁਸੀਂ ਆਪਣਾ ਵੇਖ ਲਓ ਮੈਂ ਨਹੀਂ ਬਚਣਾ ਬ੍ਰਦਰ ਵੀ ਮੇਰਾ ਇੱਥੇ ਨਹੀਂ ਰਹਿੰਦਾ ਪਾਪਾ ਮੇਰੇ ਹੈਗੇ ਨਹੀਂ ਸਾਰਾ ਘਰ ਮੇਰੇ ਤੇ ਛੱਡ ਕੇ ਉਹ ਤੋਂ ਬਾਅਦ ਜਦ ਮਦਰੇ ਨੇ ਮੈਂ ਨਹੀਂ ਬਚਣਾ ਹੁਣ ਤੁਸੀਂ ਆਪਣਾ ਦੇਖ ਲਓ ਸੋਚੋ ਬੱਚਿਆਂ ਦਾ ਕੀ ਬੀਤੇਗੀ ਉਸ ਟਾਈਮ ਜਦੋਂ ਮੈਂ ਉਹ ਮੇਰੀ ਹਾਲਤ ਸੀ ਨਾ ਰਾਤ ਰਤ ਮੈਨੂੰ ਇਹ ਨਹੀਂ ਪਤਾ ਸੀ ਮੈਂ ਕਿੰਨੇ ਦਿਨ ਹੋ ਗਏ ਸੁੱਤੀ ਨਹੀਂ ਸਾਰਾ ਦਿਨ ਸੋਣਾ ਨਹੀਂ ਚੰਡੀਗੜ੍ਹ ਰਾਤ ਨੂੰ ਲੈ ਕੇ ਬੈਣਾ ਜਦੋਂ ਪਾਣੀ ਪਸ ਸਾਰੇ ਹਸਪੀਟਲ ਨੇ ਜਵਾਬ ਦਿੱਤਾ ਕਿਸੇ ਹਸਪੀਟਲ ਜਾਵਾ ਕੋਈ ਫਿਜ਼ੋਥੈਰੇਪੀ ਕਰਾ ਦੇ ਕਿਸੇ ਹਸਪੀਟਲ ਜਾਵਾ ਕੋਈ ਕਹੇ ਜੀ ਬੈਲਟ ਲਗਾ ਦਿਓ इनको ਵੇਟ ਬੰਨ ਦੋ ਇਨਕੀ ਡਿਸਕ ਸਹੀ ਆ ਜਾਏਗੀ ਐਸ ਤਾਂ ਨਹੀਂ ਦੇਖ ਰਹੇ ਉਹ ਇਹਨਾਂ ਬਰਦਾਸ਼ਤ ਕਰ ਸਕਦੇ ਨੇ ਲੇਕਿਨ ਉਸ ਟਾਈਮ ਮਤਲਬ ਇਤਨਾ ਮੇਰੇ ਵਾਸਤੇ ਜਿੱਦਾਂ ਕਹਿੰਦੇ ਨੇ ਇੱਕ ਰੱਬ ਨੇ ਆਪਣਾ ਦਰਵਾਜ਼ਾ ਖੋਲ੍ਹਿਆ ਸੀ ਵੀ ਆ ਜਾ ਵੀ ਇਧਰ ਤੇਰਾ ਟ੍ਰੀਟਮੈਂਟ ਹੈ ਉਹ ਹੁਣ ਮੈਂ ਨਾ ਉਹ ਕੱਢਣਾ ਨਹੀਂ ਚਾਹੁੰਦੀ ਆਪਣੇ ਦਿਮਾਗ ਤੋਂ ਮੇਰੇ ਤੋਂ ਅਗਰ ਕੋਈ ਪਾਣੀ ਪੱਤੇ ਇਹ ਵੀ ਪੁੱਛਦਾ ਨਾ ਆ ਦਿੱਕਤ ਹੈ ਹੱਥ ਜੋੜ ਕੇ ਕਹਿੰਨੀ ਆ ਬੰਦੇ ਉੱਥੇ ਚਲਾ ਜੀ ਉੱਥੇ ਚਲੇ ਜਾ ਹੋਰ ਕਿਥੇ ਨਾ ਜਾਇਓ ਕਿਉਂ ਕਿਉਂਕਿ ਮੈਂ ਤਾਂ ਪ੍ਰੈਕਟੀਕਲ ਆਪਣੇ ਘਰ ਵੇਖਿਆ ਹੈ ਅੱਜ ਬ੍ਰਦਰ ਨਾਲ ਅਲ ਇਕਲ ਮੰਮੀ ਨਾਲ ਸੀਗਾ ਮੇਰੇ ਕਿੰਨੇ ਫਰੈਂਡ ਸਰਕਲ ਨੇ ਜਿਹੜੇ ਤੋਂ ਸਿਰਫ 15 ਬੰਦਾ ਬੀਬੀ ਦਿਨ ਦੀ ਦਵਾਈਆਂ ਨਾਲ ਠੀਕ ਹੋਰ ਵੀ ਕਿਤੇ ਕਿਤੇ ਫਿਰ ਤੁਸੀਂ ਪੇਸ਼ੈਂਟ ਭੇਜਨੇ ਤੁਸੀਂ ਦੱਸ ਰਹੇ ਬਿਲਕੁਲ ਮੇਰੇ ਬੰਗਲੌਰ ਦੇ ਨਾਨ ਨੇ ਬਨਾਰਸ ਤੋਂ ਆਏ ਸੀ ਉਹ ਵੀ ਮੇਰੇ ਫਰੈਂਡ ਸਰਕਲ ਸੀਗੇ ਮੈਂ ਰਿਫਾਈਨਰੀ ਸਕੂਲ ਚਲਾਨੀ ਆ ਪਾਨੀਬੱਤ ਰਿਫਾਈਨਰੀ ਟਾਊਨ ਵਿੱਚ ਉੱਥੇ ਮੇਰਾ ਕਰਚ ਕੇਅਰ ਸੈਂਟਰ ਹੈ ਉੱਥੇ ਬਹੁਤ ਸਾਰੇ ਲੋਕ ਬਾਹਰ ਤੋਂ ਆਏ ਹੋਏ ਨੇ ਪੂਰਾ ਇੰਡੀਆ ਹੈ ਰਿਫਾਈਨਰੀ ਤੇ ਕੋਈ ਮਿਲਿਆ ਕਿਸੇ ਦਾ ਬੱਚਾ ਮੇਰੇ ਕੋਲ ਪੜਦਾ ਉਹਨਾਂ ਨੇ ਪੁੱਛਿਆ ਮੈਡਮ ਐਸੇ ਸੇ ਦਿੱਕਤ ਹੈ ਆਪਕੀ ਮਦਰ ਕੋ ਵੀ ਤਾਂ ਥੀ ਕਹਾਂ ਸੇ ਠੀਕ ਹੋਏ ਵਹਾਂ ਸੇ ਠੀਕ ਹੋ ਕਿਉਂਕਿ ਮੈਂ ਹਰ ਹਫਤੇ ਛੁੱਟੀ ਲੈ ਕੇ ਆਂਦੀ ਸੀ ਇਹ ਤੇ ਉਹਨਾਂ ਨੂੰ ਵੀ ਲੱਗਦਾ ਸੀ ਵੀ ਮੈਡਮ ਸਰੰਦ ਜਾਂਦੀਆਂ ਪਤਾ ਨਹੀਂ ਕੌਣ ਸੇ ਬੜੇ ਡਾਕਟਰ ਹੈ ਵਹਾਂ ਪੇ ਜੋ ਮੈਡਮ ਆਪਣੀ ਮਦਰ ਕੋ ਲੈ ਕੇ ਜਾਂਦੀਆਂ ਤਾਂ ਉਹੀ ਸੀ ਉਹਨਾਂ ਨੂੰ ਦੱਸਿਆ ਉਹ ਵੀ ਸਾਰੇ ਠੀਕ ਹੋਏ ਇਥੋਂ ਤੇ ਅੱਜ ਉਹ ਵੀ ਜਿਹੜੇ ਠੀਕ ਹੋਏ ਨੇ ਪਤਾ ਨਹੀਂ ਅੱਜ ਬਨਾਰਸ ਨੇ ਕਿਥੇ ਨੇ ਕਿਉਂਕਿ 올ਓਵਰ ਇੰਡੀਆ ਹਰ ਸਾਲ ਲekin ਦੁਆਵਾਂ ਦਾ ਤੁਹਾਡੇ ਨਾਲ ਲੈ ਬੈਤ ਜੀ ਨਾਲ ਦੁਆਵਾਂ ਨੇ ਉਹਦਾ ਕਿਸੇ ਨੂੰ 25 kg हां yes, मेरी दे मदर दे 85 kg दे सीये अगर गर, पुरानी पिक में सेंड करा मेरे मम्मी ਹੁਣ 60 kg ਦੇ ਨੇ ਦੱਸੋ ਕੋਈ ਐਕਸਰਸਾਈਜ਼ ਵਗੈਰਾ ਵੀ ਕੀਤੀ ਤੁਸੀਂ ਕੁਝ ਵੀ ਨਹੀਂ ਕੋਈ ਐਕਸਰਸਾਈਜ਼ ਨਹੀਂ ਕੀਤੀ ਇਹਨਾਂ ਦੀ ਦਵਾਈ ਤੋਂ ਬਾਅਦ ਹੀ हां ਦਵਾਈ ਇਹਨਾਂ ਇਨਾ ਵਜ਼ਨ ਕਿੰਨਾ ਸੀ ਤੁਸੀਂ ਮੇਰਾ ਨਾ ਵੈਸੇ 95 ਵੀ ਹੋ ਗਿਆ ਸੀ ਇੱਕ ਡਾਕਟਰ ਕੋਲ ਗਈ ਸੀ ਮੈਂ ਉਹ ਜਦੋਂ ਮੇਰੀ ਜੀਭ ਸੂਜ ਗਈ ਸੀ ਅਲਰਜੀ ਵਾਸਤੇ ਉਹ ਲੰਬਾ ਸੀਗਾ ਮੈਨੂੰ ਕਹਿੰਦਾ ਮੇ ਮੇਰੀ ਜਿੰਨੀ ਅਗਰ ਆਪकी हाइट ਹੁੰਦੀ ਨਾ ਤਾਂ ਆਪ 100 ਸੇ ਵੀ ਉੱਪਰ ਹੁੰਦੇ ਮੈਂ ਆ ਕੇ ਹੁਣ ਤੂੰ ਮੈਨੂੰ ਇਹ ਡਰਾਉਂਦਾ ਵੀ ਐ ਜਿਵੇਂ ਤੂੰ ਦਵਾਈ ਦੇ ਦੀ ਆਗੇ ਉਹ ਤੋਂ ਬਾਅਦ ਕਹਿੰਦੇ ਕਹਿੰਦੇ ਹੁਣ ਮੇਰਾ ਵਜਨ ਬਹੁਤ ਵੱਧ ਗਿਆ ਮੈਂ ਵਜਨ ਘਟਾਉਣਾ ਹੈ ਸਾਡੇ ਵਾਸਤੇ ਵੀ ਕਿਉਂਕਿ ਸਿਰਫ ਆਯੁਰਵੈਦਿਕ ਦਵਾਈ ਲੈ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਕੁਝ ਵੀ ਮੈਂ ਟੈਸਟ ਵੀ ਕਰਾਏ ਨੇ ਸਭ ਟੈਸਟ ਨਾਰਮਲ ਨੇ ਮੈਨੂੰ ਐਵੇਂ ਲੱਗਿਆ ਵੇਟ ਰਿਡਿਊਸ ਹੋ ਰਿਹਾ ਕੋਈ ਪ੍ਰੋਬਲਮ ਨਾ ਹੋਵੇ ਸਾਰੇ ਟੈਸਟ ਨਾਰਮਲ ਆਏ ਨੇ ਕੁਝ ਵੀ ਨਹੀਂ ਹੈਗਾ ਫਿਟ ਨੇ ਆਰਾਮ ਨਾਲ ਖਾ ਪੀ ਰਹੇ ਨੇ ਸਭ ਕੁਝ ਠੀਕ ਹੈ ਬੀਪੀ ਸ਼ੂਗਰ ਵੀ ਨਾਰਮਲ ਰਹਿੰਦਾ ਕਦੇ ਵਧਿਆ ਹੋਇਆ ਨਹੀਂ ਹੈਗਾ ਬਹੁਤ ਠੀਕ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਫਲਾਈਟ ਹੈ ਮੈਨੂੰ ਲੱਗਦਾ ਤੁਸੀਂ ਛੇਤੀ ਜਾਣਾ ਹੈ ਗੱਲਬਾਤ ਕੀਤੀ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਹੁਣ ਨਾ ਵੈਦ ਜੀ ਤੋਂ ਸਮਝਦੇ ਹਾਂ ਕਿ ਆਖਿਰ ਜਿਹੜੀ ਇਹ ਬਿਮਾਰੀ ਕਿੰਨੀ ਕੁ ਖਤਰਨਾਕ ਹੁੰਦੀ ਹੈ ਜੇਕਰ ਉਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਜਾਂ ਫਿਰ ਅਗਰ ਉਸ ਚੀਜ਼ ਦਾ ਜਿਹੜਾ ਇਲਾਜ ਹੈਗਾ ਉਹ ਨਾ ਜਿਹੜਾ ਵਿਲੇ ਸਿਰ ਹੋਵੇ ਸੋ ਇਹ ਸਾਰੀ ਜਿਹੜੀ ਬਿਮਾਰੀ ਹੈਗੀ ਹੈ ਅਸੀਂ ਵੈਦ ਜੀ ਤੋਂ ਸਮਝਾਂਗੇ ਜਿਨ੍ਹਾਂ ਨੇ ਇਸ ਚੀਜ਼ ਦਾ ਇਸ ਬਿਮਾਰੀ ਦਾ ਜਿਹੜਾ ਇਲਾਜ ਕੀਤਾ ਵੈਦ ਸਾਹਿਬ ਬੜੀਆਂ ਦਵਾਵਾਂ ਮਿਲ ਰਹੀਆਂ ਨੇ ਤੁਹਾਨੂੰ ਜੀ ਇਹ ਸੇਵਾ ਕਰਕੇ ਨੇ ਜੀ ਅਸੀਂ ਮਰੀਜ਼ ਨੂੰ ਭਗਵਾਨ ਸਮਝਦੇ ਹਾਂ ਜੇ ਕੋਈ ਇੱਥੇ ਆ ਜਾਂਦਾ ਕੁਝ ਪੇਸ ਦਾ ਤਾਂ ਅਸੀਂ ਉਸ ਨੂੰ ਭਗਵਾਨ ਸਮਝ ਕੇ ਸੇਵਾ ਕਰਦੇ ਆਂ ਨਾ ਕਿ ਉਸ ਨੂੰ ਕਸਟਮਰ ਜਾਂ ਗਾਹਕ ਨਹੀਂ ਸਮਝਿਆ ਜਾਂਦਾ ਇਸ ਦੁਆਖਾਨੇ ਤੇ ਦੋਖ ਦਿਹਾਕਿਆਂ ਤੋਂ ਤੁਸੀਂ ਕਿਸੇ ਵੀ ਮਰੀਜ਼ ਨੂੰ ਇਹ ਤਾਂ ਚਲੋ ਭੈਣ ਜੀ ਹੁਣ ਨਾਲ ਕਾਫੀ ਦੇਰ ਤੋਂ ਕਿਉਂਕਿ ਵਿਸ਼ਵਾਸ ਬਹੁਤ ਕਰਦੇ ਨੇ ਕਿਸੇ ਵੀ ਸਾਡੇ ਮਰੀਜ਼ ਤੋਂ ਪੁੱਛ ਲੋਗੇ ਮੰਨ ਲਓ ਵੀ ਉਹ ਸਾਡੇ ਕੋਲੋਂ ਘੱਟ ਫਾਇਦਾ ਉਹਨੂੰ ਹੋਇਆ ਪਰ ਉਹ ਸਾਡੇ ਲਈ ਤੁਹਾਨੂੰ ਕਦੇ ਇਹ ਨਹੀਂ ਕਹੂਗਾ ਵੀ ਇਹਨਾਂ ਨੇ ਮੇਰੇ ਨਾਲ ਠੱਗੀ ਕਰ ਲਈ ਤੇ ਫਿਰ ਇਹਨਾਂ ਦੀ ਰਿਪੋਰਟ ਬਾਰੇ ਦੱਸੋਗੇ ਸਾਨੂੰ ਕਿੰਨੀਆਂ ਰਿਪੋਰਟਾਂ ਸਿੱਕੀਆਂ ਸੀ ਤੁਹਾਡੇ ਸਾਹਮਣੇ ਨੇ ਲਾਲ ਪਸ ਦੀਆਂ ਰਿਪੋਰਟਸ ਨੇ ਇਹਨਾਂ ਨੇ ਖੁਦ ਹੀ ਕਰਵਾਈਆਂ ਨੇ ਅਸੀਂ ਕਿਸੇ ਵੀ ਮਰੀਜ਼ ਨੂੰ ਕਹਿੰਦੇ ਆਂ ਵੀ ਰਿਪੋਰਟ ਜਿੱਥੋਂ ਮਰਜ਼ੀ ਵਧੀਆ ਲੈਬ ਤੋਂ ਕਰਵਾ ਲਓ ਆ ਦੇਖੋ ਇਹ ਹੈਗੀਆਂ ਨੇ 96 ਦੀਆਂ ਜੀ 308 ਕੋਲੇਸਟ੍ਰੋਲ ਤੇ 1533 ਟ੍ਰਾਈਗਲਾਈਸਰਾਈਡਸ ਨੇ ਟ੍ਰਾਈਗਲਾਈਸਰਾਈਡਸ ਕੀ ਹੁੰਦੇ ਨੇ ਜੀ ਟ੍ਰਾਈਗਲਾਈਸਰਾਈਡਸ ਹੁੰਦੇ ਨੇ ਜਿਹੜੇ ਸਾਡੀਆਂ ਆਰਟਰੀਜ਼ ਨੂੰ ਬਲੌਕ ਕਰਦਾ ਖੂਨ ਦਾ گاੜਾ ਪਾਣਾ ਲਿਪਿਡਸ ਜਿੰਨੇ ਵੀ ਹੁੰਦੇ ਨੇ ਜਿੰਨੀ ਥਿੱਕਨੈਸ ਆ ਬਲੱਡ ਦੀ ਉਹ ਆਰਟਰੀ ਦੇ ਵਿੱਚ ਜਾ ਕੇ ਜੰਮਣਾ ਸ਼ੁਰੂ ਹੋ ਜਾਂਦੀ ਆ ਜੰਮਣ ਦੇ ਨਾਲ ਨਾਲ ਉਹ ਫਿਰ ਬਲੌਕੇਜ ਕਰਦੀ ਆ ਇਸੇ ਨਾਲ ਹਾਰਟ ਅਟੈਕ ਦਾ ਸuffer ਮਰੀਜ਼ ਕਰ ਜਾਂਦਾ ਆ ਉਹ 1500 33 ਸੀਗਾ ਜੀ ਜੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਹਫਤੇ ਬਾਅਦ ਫੇਰ ਰਿਪੋਰਟ ਕਰਵਾਉਣੀ ਆ ਕਿਉਂਕਿ ਆਪਾਂ ਦਵਾਈ ਦੇਣ ਤੋਂ ਬਾਅਦ ਦਵਾਈ ਦੇਣ ਤੋਂ ਬਾਅਦ ਆ ਫਿਰ ਦੇਖੋ ਇਹ ਵੀ ਉੱਥੇ ਦੀ ਨੇ 17 6 ਨੂੰ ਕਰਵਾਈ ਇਹਨਾਂ ਨੇ ਰਿਪੋਰਟ 208 254 ਇਹ ਜਾਦੂ ਕੋਈ ਜੇ ਕਹਿੰਦਾ ਵੀ ਮੈਂ ਜਾਦੂ ਕੀਤਾ ਇਹ ਜਾਦੂ ਆਯੁਰਵੇਦ ਦਾ ਆਯੁਰਵੈਦਿਕ ਸਮੁੰਦਰ ਆ ਜਿੰਨੇ ਤੁਸੀਂ ਇਹਦੇ ਚ ਗੋਤੇ ਇਮਾਨਦਾਰੀ ਨਾਲ ਲਾਉਂਦੇ ਰਹੋਗੇ ਜੋ ਤੁਹਾਡੇ ਹੱਥ ਚ ਆਊਗਾ ਉਹ ਤੁਸੀਂ ਸੰਗਤ ਦੀ ਸੇਵਾ ਚ ਰੱਖਦੇ ਰਹੋਗੇ ਤਾਂ ਇਹ ਰਿਜ਼ਲਟ ਬਹੁਤ ਸੌਖੇ ਨੇ ਐਲੋਪੈਥੀ ਚ ਵੀ ਮੇਰਾ ਦਾਵਾ ਵੀ ਕੋਈ ਇਸ ਲੈਵਲ ਤੇ ਰਿਜ਼ਲਟ ਨਹੀਂ ਦੇ ਪਾਊਗਾ ਤੇ ਫਿਰ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਹਾਰਟ ਅਟੈਕ ਵਾਲੇ ਮਰੀਜ਼ ਜਿਹੜਾ ਹਾਰਟ ਅਟੈਕ ਵਾਲੇ ਪਾਸੇ ਨੂੰ ਤੁਰਨ ਲੱਗ ਜਾਂਦਾ ਹੈ ਜਿਹੜਾ ਮਰੀਜ਼ ਹੈ ਤੇ ਸੰਕੇਤ ਵੀ ਕੋਈ ਦਿੰਦਾ ਇਸ ਤੋਂ ਪਹਿਲਾਂ ਜਿਵੇਂ ਕਿ ਭਾਈ ਸਾਹਿਬ ਦੱਸ ਰਹੇ ਸੀ ਸੰਕੇਤ ਬਹੁਤ ਹੁੰਦੇ ਨੇ ਜੀ ਬੀਪੀ ਹਾਈ ਰਹਿਣ ਲੱਗ ਜਾਂਦਾ ਕਬਰਾਹਟ ਹੋਣ ਲੱਗ ਜਾਂਦੀ ਹੈ ਬੇਚੈਨੀ ਹੋਣ ਲੱਗ ਜਾਂਦੀ ਆ ਬੰਦੇ ਨੂੰ ਸਾਹ ਚੜ੍ਹਨ ਲੱਗ ਜਾਂਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਨੀਂਦ ਬਹੁਤ ਘਟ ਜਾਂਦੀ ਆ ਖਾਣ ਪੀਣ ਨੂੰ ਕਈ ਵਾਰੀ ਮਨ ਨਹੀਂ ਕਰਦਾ ਬੰਦਾ ਬੇਚੈਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਹਾਰਟ ਹਾਰਟ ਆ ਜਿਹੜਾ ਉਹਦਾ ਪ੍ਰੋਪਰ ਵਰਕ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਪੇ ਇਹ ਇਹਨਾਂ ਦਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਇੰਨੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਤਾ ਕਿ ਹੁਣ ਚਾਈ ਚਾਈ ਆਪਣੇ ਮੁਲਕ ਨੂੰ ਜੋ ਜਿੱਥੇ ਦੇ ਇਹ ਕੰਮ ਕਰਦੇ ਨੇ ਉੱਥੇ ਜਾ ਰਹੇ ਨੇ ਯੂਰਪ ਜਾ ਰਹੇ ਨੇ ਤੇ ਆਮ ਰੂਟੀਨ ਦੇ ਵਿੱਚ ਵੀ ਇੰਨੇ ਟਾਈਮ ਲੱਗਦੇ ਜੇ ਅਗਰ ਇਸ ਇੰਨਾ ਗੰਭੀਰ ਸਮੱਸਿਆ ਵਾਲਾ ਤੁਹਾਡੇ ਕੋਲ ਆ ਨਾ ਆਯੁਰਵੇਦ ਆ ਜਿਹੜਾ ਐਲੋਪੈਥੀ ਤੋਂ ਜਲਦੀ ਕੰਮ ਕਰਦਾ ਮੈਂ ਹਰ ਲੋਕਾਂ ਨੂੰ ਸੰਗਤ ਨੂੰ ਦੱਸਦਾ ਪਰ ਤੁਹਾਡਾ ਜਾਣਕਾਰ ਚਾਹੀਦਾ ਨਬਜ ਦੇਖ ਕੇ ਜਦੋਂ ਪਤਾ ਲੱਗਣਾ ਨਾ ਵਾਤ ਪਿੱਤ ਕਫ ਕਿਹੜਾ ਦੋਸ਼ ਵਧਿਆ ਕਿਹੜੇ ਕਰਕੇ ਲਿਪਿਡਸ ਬਲੱਡ ਚ ਰਲ ਰਹੇ ਨੇ ਇਦੇ ਚ ਨੁਕਸਰ ਕਿੱਥੇ ਪ੍ਰੋਬਲਮ ਆ ਜਦੋਂ ਤੁਸੀਂ ਉਹਨੂੰ ਕਲੀਅਰਫਾਈ ਕਰਕੇ ਚੱਲਦੇ ਹੋ ਤਾਂ ਆਯੁਰਵੇਦ ਐਲੋਪੈਥੀ ਨਾਲੋਂ ਜਲਦੀ ਰਿਜ਼ਲਟ ਦਿੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਵੈਦ ਸ਼ਿਵ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਟਰੀਟਮੈਂਟ ਹੋਇਆ ਔਰ ਇੱਥੇ ਪਰਿਵਾਰ ਨਾਲ ਵੀ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਹੈ ਜੋ ਪਹਿਲਾਂ ਪੂਜਾ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ ਜੋ ਪਹਿਲੀ ਆਪਣੀ ਮਾਤਾ ਜੀ ਦਾ ਇਲਾਜ ਕਰਵਾ ਕੇ ਗਏ ਤੇ ਹੁਣ ਉਹਨਾਂ ਨੇ ਜਿਹੜਾ ਆਪਣੇ ਭਰਾ ਦਾ ਵੀ ਇਲਾਜ ਕੀਤਾ ਔਰ ਉਹਨਾਂ ਨੇ ਨਾਲ ਹੀ ਲੋਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਹੈ ਕਿ ਬੇਸ਼ੱਕ ਜਿਹੜਾ ਮਾਡਰਨ ਇਲਾਜ ਹੈਗਾ ਐਮਰਜੈਂਸੀ ਦੇ ਵਿੱਚ ਅਸੀਂ ਉਹਨੂੰ ਯੂਜ਼ ਕਰ ਸਕਦੇ ਆ ਪਰ ਇਦਾਂ ਦੀਆਂ ਸਮੱਸਿਆਵਾਂ ਇਦਾਂ ਦੀਆਂ ਬਿਮਾਰੀਆਂ ਜੇਕਰ ਸਾਡੇ ਸਰੀਰ ਨੂੰ ਲੱਗਦੀਆਂ ਨੇ ਤਾਂ ਆਯੁਰਵੇਦ ਦੇ ਵਿੱਚ ਉਹਦੇ ਬਹੁਤ ਵਧੀਆ ਹੱਲ ਨੇ ਪਰ ਇੱਕ ਸ਼ਰਤ ਇਹ ਹੈ ਕਿ ਆਯੁਰਵੇਦ ਨੂੰ ਜਾਣਨ ਵਾਲਾ ਮਾਹਰ ਵੈਦ ਜ਼ਰੂਰ ਚਾਹੀਦਾ ਸੋ ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਸਾਨੂੰ ਜ਼ਰੂਰ ਦਿਓ ਫਿਲਹਾਲ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਪਣੀ ਬਿਮਾਰੀ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਨਹੀਂ ਆਪਣੇ ਦੋਸਤਾਂ ਨੂੰ ਮਿੱਤਰਾਂ ਦੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਅਗਰ ਤੁਹਾਨੂੰ ਹੈ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮੋਬਾਈਲ ਨੰਬਰ ਛੱਡ ਦਿਓ ਡਾਕਟਰ ਸਾਹਿਬ ਦੀ ਟੀਮ ਜਿਹੜੀ ਅਵਾਜ਼ ਦੀ ਟੀਮ ਹੈਗੀ ਹੈ ਉਹ ਤੁਹਾਡੇ ਨਾਲ ਜਿਹੜਾ ਸੰਪਰਕ ਜ਼ਰੂਰ ਕਰੇਗੀ ਧੰਨਵਾਦ